ਬਿਸਮਿਲ ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਮੈਂ ਵਧੀਆ ਸਾਬਰ ਅਮਿਤ ਕਹਣਾ ਤੁਸੀਂ ਠੀਕ ਠਾਕ ਹੋਗੇ ਭਾਈਆ ਅੱਜ ਅਸੀਂ ਕਰਾਂਗੇ 1000 ਵਾਟਰ ਬਲੂਨ ਫਾਈਟ ਮਤਲਬ 1000 ਪਕਾਨਿਆਂ ਦੇ ਵਿੱਚ ਪਾਣੀ ਭਰ ਕੇ ਤੇ ਉਹਦੀ ਅਸੀਂ ਲੜਾਈ ਕਰਾਂਗੇ ਸਾਡੇ ਕੋਲ ਇਸ ਟਾਈਮ ਫਿਲਹਾਲ 600 ਗੁਬਾਰੇ ਨੇ ਤੁਸੀਂ ਸਾਡੀ ਵੀਡੀਓ ਵਿੱਚ ਵੇਖਿਆ ਹੋਏਗਾ ਅਸੀਂ ਜਿਹੜਾ ਗੁਬਾਰੇ ਲੈਣ ਗਏ ਹਾਂ 1000 ਤੇ ਸਾਨੂੰ 600 ਲੱਭੇ ਹਨ ਤੇ 600 ਤਾਂ ਕੋਲ ਹੈ ਨੇ ਪਰ 400 ਹੋਰ ਚਾਹੀਦਾ 1000 ਗੁਬਾਰਾ ਕਰਨ ਵਾਸਤੇ ਤੇ ਅਸੀਂ ਹੁਣ ਉਹ ਲੈਣ ਚੱਲੇ ਹਾਂ ਬਾਜ਼ਾਰ ਬਾਜ਼ਾਰ ਜਾ ਕੇ 400 ਗੁਬਾਰਾ ਲੈ ਕੇ ਆਉਣਾ ਫਿਰ ਅਸੀਂ ਦੋ ਟੀਮਾਂ ਕਰਾਂਗੇ 500 ਗੁਬਾਰਾ ਉਹਨਾਂ ਕੋਲ 500 ਉਹਨਾਂ ਕੋਲ ਤੇ ਫਿਰ ਪੂੜੀਆਂ ਲੜਾਈਆਂ ਹੋਣਗੀਆਂ ਪੂੜੀਆਂ ਫਾਈਟਾਂ ਹੋਣਗੀਆਂ ਠੀਕ ਹੈ ਠੀਕ ਹੈ ਵੇਖਿਓ ਅੱਜ ਮੈਂ ਤੁਹਾਡੇ ਕੰਨ ਸੇਕਦਾ ਚਲੋ ਬਹਾਨੇ ਨਾਲ ਮੇਰੇ ਭਰਾ ਨਹਾ ਵੀ ਲੈਣਗੇ ਨਹਾਉਂਦੇ ਵੀ ਨਹੀਂ ਹੈ ਭਾਈ ਹਾਂਜੀ ਅੱਜ ਇੱਕ ਵਾਰੀ ਫਾਈਟ ਹੋਈਏ ਤੁਹਾਡੇ ਕੈਮਰੇ ਤੇ ਵੱਜਿਆ ਨਾ ਤਾਂ ਕਿ ਤਿੰਨੇ ਮਾਰ ਸਕਦਾ ਗੁਬਾਰਾ ਭਾਪੀ ਇੱਕ ਪਾਸੇ ਵੱਡੀ ਟੀਮ ਹੋ ਜਾਏ ਇੱਕ ਪਾਸੇ ਛੋਟੀ ਤਿੰਨ ਹੋ ਜਾਏ ਬਲੂਨ ਫਾਈਟ ਵਾਲੀ ਵੀਡੀਓ ਮੈਂ ਉਰਦੂ ਚ ਬਣਾਵਾਂ ਤੇ ਆਪਣੇ ਉਰਦੂ ਚੈਨਲ ਚ ਚਾਰਾਂ ਫਿਰ ਅਕਸਰ ਕਮੈਂਟ ਹੁੰਦੇ ਨੇ ਵੀ ਜਿਹੜੀ ਕੋਈ ਕੰਮ ਦੀ ਵੀਡੀਓ ਹੁੰਦੀ ਜਾਂ ਜਿਹੜਾ ਕੋਈ ਸ਼ੁਗਲ ਮਿਲਣ ਲਾਨਾ ਉਹ ਤੂੰ ਪੰਜਾਬੀ ਵਾਲੀ ਵੀਡੀਓ ਚ ਬਣਾਇਆ ਕਰ ਤੇ ਅੱਜ ਤੁਹਾਡੀ ਫਿਰ ਮੈਚ ਦੀ ਨਾ ਤੁਹਾਡੇ ਕਹਿਣ ਦੀ ਵਜ੍ਹਾ ਤੋਂ ਅੱਜ ਮੈਂ 1000 ਪਕਾਨੇ ਅੱਜ ਦੀ ਫਾਈਟ ਜਿਹੜੀ ਕਰਨੀ ਨਾ ਉਹ ਪੰਜਾਬੀ ਵਲੋਗ ਚ ਕਰਨ ਡਿਆ ਵਾਂ ਤੇ ਜੇ ਇਸ ਵੀਡੀਓ ਨੂੰ 12000 ਲਾਈਕ ਨਾ ਆਇਆ ਸਹੀ ਗੱਲ ਧੋਣ ਵਾਲੀ ਛੱਡਣੀ ਗਿੱਟਿਆਂ ਚ ਰੱਖ ਕੇ 12000 ਲਾਈਕ ਹੋ ਗਿਆ ਤੇ ਇਨਸ਼ਾਅੱਲਾ ਇੱਕ ਮਜ਼ੇਦਾਰ ਜੀ ਵੀਡੀਓ ਹੋਰ ਆਏਗੀ ਇਨਸ਼ਾਅੱਲਾ ਘਾਲ ਆ 600 ਗੁਬਾਰਾ ਦੇ ਕੋਲ 400 ਹੋਰ ਲੈ ਕੇ ਆਈਏ ਤੇ ਫਿਰ ਆ ਕੇ ਵੇਖਿਓ ਜਰਾ ਅੱਜ ਇਹਨਾਂ ਤਿੰਨਾਂ ਬੰਦਿਆਂ ਦੇ ਕੰਨ ਸੇਕ ਛੱਡਣੇ ਨੇ ਮਾਰ ਮਾਰ ਗੁਬਾਰੇ ਬਾਈ ਤ੍ਰਈ ਅੱਜ ਤੇ ਮੜੇ ਨਾਲ ਮੇਰੀ ਮੌਤ ਪੱਕੀ ਨਹੀਂ ਤਾਂ ਕਿ ਮੇਰੇ ਬੱਚੇ ਭੁੱਖ ਆ ਮੈਨੂੰ ਥੋੜੇ ਜਿਹੇ ਪੈਸੇ ਦੇ ਦਿਓ ਭਾਈ ਅਸੀਂ ਕਰਿਆਨੇ ਵਾਲੀ ਦੁਕਾਨ ਚ ਉੱਪਰ ਗਏ ਸੀ ਬਾਬਾ 3-4 ਦਿਨ ਹੋ ਗਏ ਉਦਣ ਵੀ ਜਿਹੜਾ ਨਾ ਇਸੇ ਦੁਕਾਨ ਚ ਲੈ ਗਏ ਹਨ ਪਰ ਉਦਣ ਮੁੱਕ ਗਏ ਹਨ ਮੇਰੇ ਖਿਆਲ ਨਾਲ ਨਵੇਂ ਆ ਗਏ ਹੋਣੇ ਨੇ ਤਾਂ ਪਤਾ ਕਰਨੇ ਜੇ ਇੱਥੋਂ ਲੱਭ ਕੇ ਠੀਕ ਨਾ ਲੱਭੇ ਤਾਂ ਕਿਤੋਂ ਹੋਰ ਪਤਾ ਕਰਾਂਗੇ ਆ ਫਿਰ ਉਦਣ ਇੱਥੇ ਰਿਹਾ ਉੱਥੇ ਦੁਕਾਨ ਦੇ ਵਿੱਚ ਹੀ ਉਹ ਗੱਡੀ ਦੇ ਵਿੱਚ ਹੀ ਠੀਕ ਹੈ ਇੱਥੇ ਇੱਥੇ ਕਿਤੇ ਪਏ ਹੁੰਦੇ ਨੇ ਉੱਧਰ ਹੋਣੇ ਨੇ ਗੁਬਾਰੇ ਆਏ ਨੇ ਹਾਲਾ ਫਾਲ ਭਾਈ ਆ ਵੇਖੋ ਭਾਈ ਸਾਡੇ ਨਾਲ ਪ੍ਰੈਂਕ ਕਰਨ ਡੇ ਹਨ ਇੱਥੇ ਤਾਂ 4000 ਗੁਬਾਰਾ ਪਿਆ ਹੈ ਵੇਖ ਲਓ 1-40 ਜਿੰਨਾ ਇੱਕ ਵਿੱਚ 10 ਲੈਣੇ ਪੈਕਟ ਹਾਂ 10 ਹਜ਼ਾਰ ਪੂਰਾ ਕਰਨਾ 600 ਦਿਨ ਲੈ ਕੇ ਮੁੱਕੇ ਹਨ ਅਤੇ ਅੱਜ ਆਪੋ ਜੀ ਲੜਾਈ ਲੜਨੀ ਵੀਡੀਓ ਵੇਖਿਓ ਜ਼ਰਾ ਜੇ ਪਿੰਡ ਵਾਲੇ ਚੈਨਲ 'ਚ ਯਾਰ 400 ਗੁਬਾਰਾ ਹੋ ਗਿਆ 600 ਗੱਡੀ ਦੇ ਵਿੱਚ 1000 ਗੁਬਾਰਾ ਖੋਲੋ ਬੂਆ ਹੈਲੋ ਵੇਖਿਓ ਇੱਥੇ ਨਾ ਕਿਤੇ ਪਾਰ ਪੁੱਟਦੇ ਹੋ ਧਿਆਨ ਨਾਲ ਜ਼ਰਾ ਹੈ ਕਰਨ ਡਿਆ ਹਾਂ ਸਿੱਧਾ ਹੋ ਕੇ ਬਹਿ ਵੇਖਣ ਡਿਆ ਤੂੰ ਹੁਣੇ ਦਿਮਾਗ ਖਰਾਬ ਕਰ ਛੱਡ ਲੱਗਾ ਸਵੇਰੇ ਸਵੇਰੇ ਹੀ ਆ ਜਿਹੜੇ ਗੁਬਾਰੇ ਨਾ ਬੋਤੀ ਮੈਂ ਇਹਦੇ ਕੰਨਾਂ 'ਚ ਮਾਰਨੇ ਨੇ ਇਹ ਸਟਾਨ ਦੀ ਟੂਟੀ ਦੇ ਇਹਦੇ ਵੇਖਿਓ ਅੱਜ ਮੈਂ ਕੰਨ ਸੇਕਦਾ ਮੈਂ ਤੁਹਾਡੇ ਕੰਨ ਸੇਕਾਂਗਾ ਕਰ ਲੈਨੇ ਤੇਰਾ ਹੱਲ 110 ਦੀ ਸਪੀਡ ਸਿੱਧੇ ਰੋਡ 'ਚ ਲੋਕਾਂ ਦੇ ਜਾਣੇ ਖਰਾਬ ਹੁੰਦੇ ਨੇ ਮੇਰਾ ਆਪੂ ਖਰਾਬ ਹੋਇਆ ਹੈ ਭਾਈਆ ਘਰ ਅਸੀਂ ਉੱਪਰ ਗਏ ਜੀ
ਗੁਬਾਰੇ ਲੈ ਕੇ ਤੇ ਹੁਣ ਜਰਾ ਘਰ ਛੱਤ ਚੜੀਏ ਜਾ ਕੇ ਫਿਰ ਇਹਨੂੰ ਪਾਣੀ ਦਾ ਭੜੀਏ ਤੇ ਫੇਰ ਖੇਡੀਏ ਖੇਡੀਏ ਕੰਨਾ ਜਵਾਣਾ ਨਿਕਲੋ ਨਿਕਲੋ ਬਾਹਰ ਤੁਹਾਡਾ ਮੈਂ ਕਰ ਲੈਣਾ ਹੱਲ ਨਿਕਲੋ ਹਾਂ ਬਾਹਰ ਜਰਾ ਉਹ ਸਾਲੇ ਖਿਲਾਰ ਦਿੱਤੇ ਨੇ ਸਿੱਧੇ ਕਰਕੇ ਛਾਪੜ ਚ ਭਾਗ ਕੱਢੋ ਨਾ ਸਾਈ ਨਹੀਂ ਥੋੜੀ ਮਾਰਬੀ ਨਿਕਲੋ ਬਾਹਰ ਹੋਏ ਨਿਕਲੋ ਮੈਂ ਤੈਨੂੰ ਕੂਨ ਖੇਡਾ ਭਾਈਆ 1000 ਗੁਬਾਰਾ ਲੈ ਕੇ ਨਾ ਅਸੀਂ ਟੂਟੀ ਦੇ ਅੱਗੇ ਆ ਗਏ ਆ ਵੈਪਰ ਚੁੱਕ ਕੇ ਪਰ ਰੱਖਿਆ ਬਾਅਦ ਚਾਹੀਦਾ ਜਦੋਂ ਸਫਾਈ ਕਰਨੀ ਹੋਗੀ ਉਦੋਂ ਲਾਵਾਂਗੇ ਰੱਖਿਆ ਪਰਾਂ ਹੁਣ ਜਿਹੜਾ ਨਾ ਇਸ ਟੂਟੀ 'ਚੋਂ 1000 ਗੁਬਾਰਾ ਭਰਾਂਗੇ ਮੈਂ ਭਰੀ ਜਾਵਾਂਗਾ ਸੇਬ ਗੰਢਾ ਮਾਰੀ ਜਾਏਗਾ ਸਾਰੇ ਇਕੱਠੇ ਕਰੋ ਇੱਕ ਸਾਈਡ 'ਚ ਕਰੋ ਪਰਾਂ ਕਰੋ ਸਾਰੇ ਪਹਿਲਾਂ ਇੱਕ ਛਾਪਰ ਅੱਗੇ ਰੱਖੋ ਭਾਈ ਆ ਵੇਖੋ ਲੀਕ ਨਿਕਲ ਆਇਆ ਅੱਜ ਇੱਕ ਭਾਈਆ ਵਿੱਚ ਕੁਛ ਪਕਾਉਣੇ ਜਿਹੜੇ ਨਾ ਵੱਡੇ ਨੇ ਤੇ ਕੁਛ ਛੋਟੇ ਨੇ ਉਹ ਜਿਹੜੇ ਨਿੱਕੇ ਨੇ ਨਾ ਅਸੀਂ ਉਹ ਵੱਡਿਆਂ ਹਿਸਾਬ ਨਾਲ ਪਾਣੀ ਭਰਨਾ ਛੇਤੀ ਭਰ ਜਾਂਦੇ ਨੇ ਤੇ ਕਈ ਜਿਹੜਾ ਵੱਡੇ ਚੰਗੇ ਚੰਗੇ ਵੱਡੇ ਨੇ ਸਪੀਡ ਮਾਰ ਯਾਰ ਭਾਈਆ ਜਿਹੜੇ ਪਕਾਨੇ ਭਰਨੇ ਨੇ ਸਾਰੇ ਹੁਣ ਨੀਬ ਕੋ ਚੁੱਕੇ ਨਹੀਂ ਜਾਣਾ ਰਾਮ ਨੇ ਚੁੱਕ ਲੈਣਾ ਕੁਛ ਨਹੀਂ ਹੁੰਦਾ ਆਈ ਓਏ ਮੈਂ ਚੁੱਕ ਲੈਣਾ ਨਾ ਬਜਣਾ ਤਾਂ ਨਹੀਂ ਨਾ ਚੁੱਕ ਕੇ ਹਾਂ ਇੱਕ ਨਾ ਨਾ ਜਨੀ ਹੁੰਦੀ ਨਹੀਂ ਇੱਥੇ ਨਾ ਪਾਰ ਦੇ ਤਕਰੀਬਨ 3 ਘੰਟੇ ਲੱਗਣੇ ਨੇ ਤੇ ਜੇ ਪਟ ਰਹੇ ਨਾ 10 ਮਿੰਟਾਂ ਵਿੱਚ 1000 ਪਕਾਣਾ ਸੀ ਤੁਸੀਂ ਮਾਰ ਕੇ ਪਾ ਦਰ ਦਰ ਕਰਦੇ ਹਾਂ ਹਾਈ ਇਮੋਜੀ ਇੱਕ ਆ ਵਿਚਾਰਾ ਪੈਂਚਰ ਹੋ ਗਿਆ ਤੇ ਘੰਟਾ ਹੋ ਗਿਆ ਸੁਸੂ ਕਰੀ ਆਉਣ ਡਿਆ ਭਾਈ ਆ ਤਕਰੀਬਨ 70 ਕੁ ਗੁਬਾਰੇ ਆ ਭਰੇ ਜੇ ਤੇ 10 ਗੁਬਾਰੇ ਇਹ ਸਹੇਬ ਨੇ ਵਾਸ਼ਰੂਮ ਦੇ ਵਿੱਚ ਭਰੇ ਨੇ ਟੋਟਲ ਜਿਹੜਾ ਨਾ 80 ਗੁਬਾਰੇ ਭਰੇ ਨੇ ਤੇ ਪਾਣੀ ਮੁੱਕ ਗਿਆ ਸਾਡੀ ਟੈਂਕੀ ਚੋਂ ਤੇ ਜੇ ਚਲਾਉਣ ਲੱਗੇ ਮੋਟਰ ਤੇ ਲਾਈਟ ਹੈ ਨਹੀਂ ਹੁਣ 80 ਗੁਬਾਰੇ ਭਰੇ ਨੇ ਦੁਬਾਰਾ ਹੁਣ ਲਾਈਟ ਦਾ ਇੰਤਜ਼ਾਰ ਕਰਨਾ ਲਾਈਟ ਹੁੰਦੀ ਹੈ ਫਿਰ ਮੋਟਰ ਚਲਾ ਕੇ ਤੇ ਫਿਰ ਭਰਾਂਗੇ ਗੁਬਾਰੇ ਪਾਣੀ ਮੁੱਕ ਗਿਆ ਟੈਂਕੀ 'ਚ ਯਾਰ ਭਾਈਆ ਨਾਲ ਜਿਹੜਾ ਲਾਈਟ ਦਾ ਇੰਤਜ਼ਾਰ ਕਰਨੇ ਆ ਨਾਲ ਬਹਿ ਕੇ ਜਿਹੜਾ ਖਰਬੂਜ਼ਾ ਖਾਂਦੇ ਆ ਜਾਂ ਇੱਕ ਹੋਰ ਫੜ ਲਿਆ ਤੁਸੀਂ ਅੰਦਰੋਂ ਭਾਈ ਆ ਲੈਟ ਆ ਗਈ ਏ ਮੋਟਰ ਚਲਾ ਦਿੱਤੀ ਏ ਤੇ ਹੁਣ ਛੇਤੀ ਜਾਣਾ ਪੜੀਏ ਭਾਈਆ ਇੰਨੇ ਵੱਡੇ ਗੁਬਾਰੇ ਭਰ ਲਏ ਜੇ ਸਹੇਬ ਨੇ ਵਾਸ਼ਰੂਮ ਸਾਰਾ ਗੁਬਾਰੇ ਭਰ ਭਰ ਕੇ ਭਰ ਛੜਿਆ ਕਿੱਧਰ ਚੈੱਕ ਕਰੋ ਇਹ ਗੁਬਾਰੇ ਰਹਿੰਦੇ ਜੇ ਸਾਰੇ ਭਰਨ ਵਾਲੇ ਤਕਰੀਬਨ 200-250 ਗੁਬਾਰਾ ਆਇਆ ਵੀ ਇਹ ਸਾਰੇ ਭਰ ਕੇ ਤੇ ਫਿਰ ਉਹ ਤੋਂ ਬਾਅਦ ਹੋਏਗੀ ਫਾਈਟ ਇਨਸ਼ਾਅੱਲਾ 4:18 ਹੋ ਗਏ ਤੇ ਇਨਸ਼ਾਅੱਲਾ ਅਸੀਂ 4:45 ਤੋਂ ਪਹਿਲਾਂ 250 ਗੁਬਾਰਾ ਭਰਨਾ ਹੈ ਇਨਸ਼ਾਅੱਲਾ ਭਾਈਆ ਅਲਹਮਦੁਲਿਲਾ ਸਾਰੇ ਗੁਬਾਰੇ ਭਰ ਕੇ ਜਿਹਨੇ ਅਸੀਂ ਭਰਨੇ ਹਨ ਇਹ ਵੇਖੋ ਉਹ 2-2-3-3 ਇਕੱਠੇ ਹੇਠ ਉੱਤੇ ਨੇ ਇਕੱਲੇ ਆ ਨਹੀਂ ਆਹ ਛੱਡੋ ਟੰਟਾ ਇਹ ਵੀ ਨੇ
ਅੱਧੇ ਕਬਾਰ ਇੱਧਰ ਨੇ ਅਤੇ ਅੱਧੇ ਥੋੜੇ ਨੇ ਤੇ ਬਾਕੀ ਸਾਰੇ ਇੱਧਰ ਨੇ ਫਾਈਟ ਸਾਈਡ ਤੁਸੀਂ ਛੱਡੋ ਬਸ ਤੁਸੀਂ ਇੱਕ ਨਜ਼ਾਰਾ ਚੈੱਕ ਕਰੋ ਗੁਬਾਰਿਆਂ ਦਾ ਇੰਨੇ ਵੱਡੇ ਗੁਬਾਰੇ ਇਕੱਠੇ ਟਨ ਟਲਾ ਡਾ 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 ਡਿੰ ਟਲਾ ਡਿੰ ਟਲਾ ਡਿੰ ਟਲਾ ਮਿਊਜ਼ਿਕ ਲਾਓ ਯਾਰ ਮਗਰ ਕੋਈ ਡਿੰ 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 ਟੀ ਭਾਈਆ ਗੁਬਾਰੇ ਤੁਸੀਂ ਚੈੱਕ ਕਰੋ ਕਿੰਨੇ ਪਿਆਰੇ ਲੱਗਣ ਨੇ ਮਾਸ਼ਾਅੱਲਾ ਇੱਥੇ ਜਿਹੜੇ ਲੱਗਣੇ ਲੱਗਣੇ ਇੱਥੇ ਨਾ ਬਹੁਤ ਪਿਆਰੇ ਵਾਸ਼ਰੂਮ 'ਚ ਲੱਗਣ ਨੇ ਆਹ ਵੇਖੋ ਉਹ ਕਿਸ ਤਰ੍ਹਾਂ ਤਾਨ ਚੜੇ ਨੇ ਇਹ ਸਾਰੇ ਗੁਬਾਰੇ ਚੁੱਕ ਕੇ ਨਾ ਇਹ ਵਾਲੇ ਅਤੇ ਜਿਹੜੇ ਵਾਸ਼ਰੂਮ ਦੇ ਵਿੱਚ ਪਏ ਨੇ ਇਹ ਵਾਲੇ ਸਾਰੇ ਚੁੱਕ ਕੇ ਅਸੀਂ ਹੁਣ ਰੱਖਣੇ ਨੇ ਉਸ ਜਗ੍ਹਾ 'ਤੇ ਉੱਥੇ ਖਲੋ ਕੇ ਇੱਕ ਤਸਵੀਰ ਖਿੱਚਣੀ ਹੈ ਉਸ ਤੋਂ ਬਾਅਦ ਫਿਰ ਅੱਧੇ ਅੱਧੇ ਕਰਨੇ ਨੇ 500 ਅਤੇ ਅੱਧੇ ਇੱਧਰ ਰਹਿਣਗੇ ਅੱਧੇ ਇੱਧਰ ਰਹਿਣਗੇ ਤਾਂ ਫਿਰ ਹੋਏਗੀ ਕੀ ਹੋਏਗਾ ਯੁੱਧ 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 ਵਾਰਿੰਗ Why? What's going on? What's going on? What's going on? Like a few years. You're the key. 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 ਸ਼ਾਬਾਸ਼ ਸ਼ਾਬਾਸ਼ ਜ਼ਿਆਦਾ ਤੋਂ ਜ਼ਿਆਦਾ ਜਲਦੀ ਕਰ ਜਲਦੀ ਕਰ ਚੱਲਾ ਚੱਲ ਚੁੱਕ ਲਾ ਚੱਲ ਚੁੱਕ ਸ਼ਹਿਜ਼ਾਦੇ ਸ਼ਹਿਜ਼ਾਦੇ ਬਲਾਵਾ ਦੋ ਦੋ ਖੜਿਆ ਕਰ ਇੱਕ ਲੱਖ ਦੌੜ ਜਾਣਾ ਤੂੰ ਬੜਾ ਵੱਡਾ ਕੰਮ ਕਰ ਪਾਰ ਨਾ ਛੜਿਓ ਧਿਆਨ ਨਾ ਤੇਰਾ ਜ਼ਾਹਿਰ ਜੀ ਗੱਲ ਏ ਇੰਨੇ ਵੱਡੇ ਜਿਹੜਾ ਗੁਬਾਰੇ ਭਰਦੇ ਆ ਫਿਰ ਖਰਾਬ ਵੀ ਤੇ ਹੋਏ ਹੋਣੇ ਨਾ ਕੁਛ ਇਹ ਜਿਹੜੇ ਖਰਾਬ ਹੋਏ ਨੇ ਕੁਛ ਉਹ ਵੇਖੋ ਉਹਨੂੰ ਕੁਝ ਤਕਰੀਬਨ 20-30 ਗੁਬਾਰੇ ਜਿਹੜਾ ਖਰਾਬ ਹੋ ਗਏ ਨੇ ਕੁਛ ਭਰਨ ਲੱਗਿਆ ਭਾਰ ਜਾਂਦੇ ਹਨ ਤੇ ਕੁਛ ਪਹਿਲਾਂ ਹੀ ਲੀਕ ਸਨ ਭਾਈਆ 1000 ਗੁਬਾਰਾ ਲੈ ਕੇ ਹੁਣ ਇਹਦੇ ਨਾਲ ਹੋਏਗੀ ਸਾਡੀ ਬਲੂਨ ਫਾਈਟ ਅਤੇ ਉੱਤੇ ਦੇ ਨਾ ਧੁੱਪ ਛੁੱਪ ਤੁਰ ਗਈ ਬੱਦਲ ਬਣ ਗਏ ਨੇ ਸੂਰਜ ਦੇ ਅੱਗੇ ਬੱਦਲ ਆ ਗਏ ਨੇ ਸੂਰਜ ਵਿਚਾਰਾ ਵੀ ਉਹ ਵੇਖੋ ਝਾਤੀਆਂ ਮਾਰਨ ਡਿਆ ਕਿਸੇ ਤਰੀਕੇ ਬਾਹਰ ਆਵਾਂ ਅਤੇ ਅਸੀਂ ਅੱਧੇ ਭਿੱਜ ਗਏ ਹਾਂ ਸਾਨੂੰ ਉਹਦੀ ਠੰਡ ਲੱਗਣ ਲੱਗ ਪਈ ਉਹ ਜਾ ਕਰੋ ਉਹਦੇ ਸਾਰੇ ਕੱਪੜੇ ਗਿੱਲੇ ਹੋ ਗਏ ਨੇ ਗੁਬਾਰੇ ਭਰਦੇ ਆਈ ਸੇਬ ਦੇ ਥੋੜ੍ਹੇ ਬਹੁਤੇ ਗਿੱਲੇ ਹੋਏ ਨੇ ਇਹਦੇ ਵੀ ਨਹੀਂ ਗਿੱਲੇ ਹੋਏ ਬਲਾਵਲ ਦੇ ਹੋ ਗਏ ਅਤੇ ਹੁਣ ਜੇ ਫੋਟੋ ਖਿੱਚਣ ਵਾਸਤੇ ਮੈਂ ਆਪਣੀ ਫੋਟੋ 'ਚ ਟਾਈਮ ਲਾਇਆ 10 ਸਕਿੰਟ ਇਹ ਸਾਰੇ ਬੈਠੇ ਆ ਡੈਡੀ ਹੋ ਕੇ ਮੈਂ ਦੌੜ ਕੇ ਜਾ ਕੇ ਉੱਥੇ ਖਲੋਣਾ ਸੀ ਮੈਂ ਫੋਟੋ ਵਿੱਚ ਲਾਵਾਂਗਾ ਵੀਡੀਓ 'ਤੇ ਉੱਥੇ ਜਾ ਕੇ ਮੈਂ ਡਿੱਗਿਆ ਵਾਂ ਜਦੋਂ ਡਿੱਗਿਆ ਵਾਂ ਜੀ ਫੋਟੋ ਖਿੱਚ ਕੇ ਤੀਏ ਬੜਾ ਭੈੜਾ ਡਿੱਗਾ ਹਾਂ ਓਏ ਓਏ ਅੱਡੀ ਛੇਤਰੀਆਂ ਪੱਟ ਰਹੇ ਸਿਰ ਬੜੇ ਪੱਟ ਰਹੇ ਮਰ ਜਾ ਨਹੀਂ ਹਜੇ ਨਹੀਂ ਚਲੋ ਹੁਣ ਫੋਟੋ ਖਿੱਚ ਕੇ ਤੀ ਹੁਣ ਫਿਰ ਦੁਬਾਰਾ ਉੱਠੋ ਸਾਰਾ ਸਾਰ ਜਣੇ ਚਲੋ ਅਸੀਂ ਦਾਬਰੇ ਭਰੋ ਅੱਧੇ ਉੱਧਰ ਕਰੋ ਅਤੇ ਅੱਧੇ ਉੱਧਰ ਕਰੋ ਓ ਆਰਾਮ ਨਾਲ ਪਾਰ ਜਾਣਾ ਨਹੀਂ ਓਏ ਨਹੀਂ ਪਾਟੇ ਇੱਕ ਵੀ ਨਹੀਂ ਪਾਟਾ ਹੋਵੇ ਹੋ ਕਿਸ ਤਰ੍ਹਾਂ ਜਾਣ ਡੇ ਨਹੀਂ ਪਾਰ ਜਾਣਾ ਨਹੀਂ ਧਿਆਨ ਆ ਤੂੰ ਤੇਰੀ ਖੈਰ ਹੋਏ ਮਿੰਟੂ ਪਹਿਲਾਂ ਅੱਧੇ ਗੁਬਾਰੇ ਉੱਤੇ ਤੁਰ ਗਏ ਉਹ ਪਾਟਣ ਡੇ ਜਾਂ ਦਿਓ ਜਾ ਕਰੋ ਆਹ ਵੇਖੋ ਆਹ ਕਿੰਨੇ ਵੱਡੇ ਪਾਟ ਗਏ ਇੱਥੇ ਬਗੈਰ ਫਾਈਟ ਲੈਣ ਤੋਂ ਹੀ ਕੋਈ ਖਿਆਲ ਕਰੋ ਆਰਾਮ ਨਾਲ ਜ਼ਰਾ ਅੱਧੀ ਬਹੁਤੇ ਹੱਥੇ ਨੇ ਕਹਿੰਦਾ ਸਾਡੇ ਤੇ ਉਹ ਤੁਹਾਡੇ ਆਰਾਮ ਨਾਲ ਜ਼ਰਾ ਨਹੀਂ ਬਣਾਇਆ ਤੂੰ ਉਹ ਤੇਰੀ ਖੈਰ ਉਹ ਤੇਰੀ ਖੈਰ ਓਏ ਹੋਏ ਹੋਏ ਅੱਛਾ ਗੱਲ ਸੁਣੋ ਦਾਬੜੇ ਨੂੰ ਮਾਰ ਕੇ ਦਾਬੜਾ ਆਪਣਾ ਘਰ ਲੈ ਹੌਲੀ ਹੌਲੀ ਠੀਕ ਹੈ ਦਾਬੜੇ ਨੂੰ ਮਾਰ ਕੇ ਅੱਛਾ ਹੁਣ ਸੋਚੋ ਇੱਕ ਮਿੰਟ ਵੇਖ ਲਈਏ ਹੋਏ ਨੇ ਅੱਧੇ ਕਿ ਨਹੀਂ ਗਿੰਨੇ ਨਹੀਂ ਗਿੰਨੇ ਤੈਨੂੰ ਗਿਣਦਿਆਂ ਰਾਤ ਪੈ ਜਾਣੀ ਹੈ ਅੱਧੇ ਰਾਜੇ ਬਹੁਤੇ ਨੇ
ਅਸਲ ਚ ਇੱਧਰ ਜਿਹੜਾ ਫਿੱਟ ਹੋਏ ਨੇ ਉਧਰ ਹੀ ਆ ਮਹੀਨੇ ਤੁਸੀਂ ਅੱਧੇ ਭਾਰ ਛੱਡ ਦਿਓ ਯਾਰ ਬਸ ਕਰੋ ਬਸ ਕਰੋ ਬਸ ਕਰੋ ਬਸ ਕਰੋ ਇਹਨੇ ਤੇ ਬਸ ਕਰੋ ਓਏ ਇਹ ਕੰਮ ਚੱਕ ਆ ਮੋਟਰ ਦੇ ਕੰਮ ਚੱਕ ਕਰ ਓਏ ਆ ਮੋਟਰ ਵੇਖੀ ਵੇਖੀ ਪਰੇਗਾ ਆਪਣੇ ਆ ਪਰਾਇਓ ਪਰਾਇਓ ਵੇਖੀ ਭਾਈਆ ਅੱਧੇ ਘਬਾਰੇ ਆ ਜੇ ਤੇ ਅੱਧੇ ਘਬਾਰੇ ਹੋ ਜੇ ਆਵੇ ਕੁੜੀ ਸੁਣ ਲਓ ਮੇਰੀ ਵੀ ਹੁਣ ਦੱਸੋ ਬਾਈ ਤੁਸੀਂ ਤਿੰਨੇ ਜਣੇ ਹੋ ਨਹੀਂ ਆ ਤੁਸੀਂ ਲੈਣੇ ਕਿ ਉਹ ਤੁਸੀਂ ਲੈਣੇ ਨੇ ਤੁਸੀਂ ਆਹ ਵਾਲੇ ਇਹ ਗੱਲ ਮਾਰੀ ਨਹੀਂ ਭਾਈਆ ਸਹੇਬ ਦੀ ਟੀਮ ਜਿਹੜਾ ਨਾ ਉਧਰ ਹੋ ਗਈ ਜੇ ਤੇ ਮੇਰੀ ਟੀਮ ਮੈਂ ਦੋ ਵਜੇ ਕਿਉਂ ਜ਼ਰਾ ਫਾਈਟ ਹੋਣ ਲੱਗੀ ਅੱਲਾ ਹੀ ਖਿਆਲ ਕਰੇ ਜ਼ਰਾ ਓਏ ਓਏ ਵਾਹ 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 ਆਪਣੀ ਘਰ ਚਲ ਨਕਾਬਲਾ ਚੱਲ
ਭਾਈਆ ਓਏ ਬਸ ਪੂਰੇ ਵਿਹੜੇ ਚ ਗੁਬਾਰੇ ਗੁਬਾਰੇ ਬਹੁਤੇ ਚੈੱਕ ਕਰੋ ਕਿੱਧਰ ਨੇ ਬਹੁਤੇ ਅਸੀਂ ਮਾਰੇ ਨੇ ਇਹਨਾਂ ਨੂੰ ਬਾਕੀ ਆਹ ਚੈੱਕ ਕਰੋ ਸਾਰੇ ਵਿਹੜੇ ਜਰਾ ਗੁਬਾਰੇ ਗੁਬਾਰੇ ਖਿਲੜ ਗਏ ਨੇ ਹੁਣ ਸਾਰੀ ਸਫਾਈ ਕਰੀਏ ਮਜ਼ਾ ਆਇਆ ਕਿ ਨਹੀਂ ਆ ਦੱਸੋ ਮੈਂ ਤੈਨੂੰ ਬਹੁਤੇ ਮਾਰੇ ਹਨ ਖੇਡਣ ਟਾਈਮ ਸਾਰੇ ਹੀ ਹਨ ਜਿਹੜਾ ਹੁਣ ਜਦੋਂ ਸਫਾਈ ਦੀ ਵਾਰੀ ਆਈ ਤੇ ਐਵੇਂ ਉਹ ਫਿਰ ਅੰਦਰ ਵੜ ਗਈ ਚਵਲ ਸਹੀ ਹੈ ਬਾਈ ਹੁਣ ਸਾਰਾ ਜਿਹੜਾ ਗੁਬਾਰੇ ਸ਼ਬਾਰੇ ਸਾਰਾ ਕੁਝ ਮੈਨੂੰ ਸਾਫ਼ ਕਰਨਾ ਪੈਣਾ ਸਾਰਾ ਵੇਰਾ ਇੱਕ ਗਲਤੀ ਵੀ ਹੋਈ ਤੇ ਫਾਇਦਾ ਵੀ ਹੋਇਆ ਗਲਤੀ ਆ ਕਿ ਭਰ ਵਾਹ ਵੱਡੇ ਵੱਡੇ ਲਏ ਹਨ ਪਰ ਉਹਦਾ ਫਾਇਦਾ ਮੈਨੂੰ ਇਹ ਹੋਇਆ ਕਿ ਇਹਨਾਂ ਕੋਲੋਂ ਨਹੀਂ ਮੈਂ ਖਾਧਾ ਕੋਈ ਵੀ ਇਹਨਾਂ ਕੋਲ ਚੌਕੇ ਨਹੀਂ ਵੱਜਦਾ ਮੈਂ ਖਿੱਚ ਖਿੱਚ ਕੇ ਮਾਰਨਾ ਉਹਦੀ ਲੱਤ ਦੇ ਵਜ੍ਹਾ ਝੋਕੇ ਪਿਆ ਹਿਸਾਬ ਨਾਲ ਪਹਿਲਾਂ ਯਾਰ ਇਸ ਵੀਡੀਓ ਦਾ ਸਵਾਦ ਆਇਆ ਕਿ ਨਹੀਂ ਆਇਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਯਾਰ ਆਹ ਵੀਡੀਓ ਬਾਬਾ ਲੰਮੀ ਬਣ ਗਈ ਫਿਰ ਐਡਿਟ ਉਡਿਟ ਕਰਕੇ ਤੇਰਾ ਮੈਂ ਫਿਰ ਲਾ ਰਹੀ ਤਕਰੀਬਨ ਅੱਧਾ ਪੂਣਾ ਘੰਟਾ ਸਾਡੀ ਲੜਾਈ ਹੁੰਦੀ ਰਹੀ ਹੈ 45 ਮਿੰਟ ਤੱਕ ਸਾਡੀ ਗੁਬਾਰਿਆਂ ਨਾਲ ਲੜਾਈ ਹੁੰਦੀ ਰਹੀ ਹੈ ਅਤੇ ਵਿੱਚੋਂ ਕਈ ਵੱਜੇ ਨੇ ਕਈ ਨੇ ਵੱਜੇ ਅਤੇ ਉਹ ਫਿਰ ਜਿਹੜੇ ਮੈਨੂੰ ਥੱਲੇ ਜਿਹੇ ਵੀਡੀਓ ਸਹੀ ਲੱਗੀ ਨਾ ਮੈਂ ਲਾ ਦਿੱਤੀ ਵਿੱਚ ਅਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਮਜ਼ਾ ਆਇਆ ਕਿ ਨਹੀਂ ਆਇਆ ਤੇ ਨਾਲੇ ਮੇਰੇ ਇਸ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲ ਨੂੰ ਫਿਰ ਮਿਲਾਂਗੇ ਅਗਲੀ ਵੀਡੀਓ ਚੱਲ ਆਪੇ